ਸਸਕਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਜੀ ਜੋ ਕਿ SBI ਬੈਂਕ ਭਰਤੀ ਨੂੰ ਲੈ ਕੇ ਆ ਚੁੱਕਿਆ ਹੈ ਜੀ ਜਿਹਦੇ ਲਈ ਕਿੱਦਾਂ ਤੁਸੀਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਚ ਦਵਾਂਗਾ ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਫੋਸਟਿੰਗ ਚਲਤੇ ਆਇਆ ਹਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲਿਓ ਤਾਂਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਹੋਰ ਬਹੁਤ ਸਾਰੀ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਜਿਹਦੇ ਲਈ ਸਿੰਪਲੀ ਤੁਸੀਂ Google 'ਚ ਜਾਣਾ ਹੈ ਔਰ ਉੱਥੇ ਜਾ ਕੇ ਤੁਸੀਂ ਟਾਈਪ ਕਰਨਾ ਹੋਏਗਾ www.clori.com ਤੇ ਫਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜਿਉ ਮਿਲ ਜਾਵੇਗੀ ਉੱਥੋਂ ਸਾਰੀ ਜੋਬ ਰਿਲੇਟਡ ਅਪਡੇਟ ਜਿਹੜੇ ਨੇ ਤੁਸੀਂ ਲੈ ਸਕਦੇ ਦੇ ਵਿੱਚ ਤੁਹਾਨੂੰ ਬਹੁਤ ਵਧੀਆ ਓਪਰਚੁਨਿਟੀ ਜਿਹੜੀ ਹੈ ਪੰਜਾਬ ਦੇ ਕੈਂਡੀਡੇਟ ਲਈ ਰਹਿਣ ਵਾਲੀ ਹੈ ਜੀ ਇਹਦੇ ਵਿੱਚ ਅਪਲਾਈ ਕਰਨ ਦਾ ਪ੍ਰੋਸੈਸ ਥੋੜਾ ਟਿਪੀਕਲ ਹੈ ਪਰ ਮੈਂ ਪ੍ਰੋਪਰ ਤੁਹਾਨੂੰ ਦੱਸਾਂਗਾ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦਾਂ ਜੀ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਇਹ ਨੋਟੀਫਿਕੇਸ਼ਨ ਸਟੇਟ ਬੈਂਕ ਆਫ ਇੰਡੀਆ ਦੇ ਵੱਲੋਂ ਹੈ ਜੀ 올 ਇੰਡੀਆ ਕੈਂਡੀਡੇਟ ਦੇ ਲਈ ਐਲੀਜੀਬਲ ਨਹੀਂ ਪੰਜਾਬ ਦੇ ਕੈਂਡੀਡੇਟ ਲਈ ਪੰਜਾਬ ਲੋਕੇਸ਼ਨ ਰਹੂਗੀ ਇਹਦੇ ਲਈ 31 ਜੁਲਾਈ 2024 ਜਿਹੜੀ ਹੈ ਜੀ ਲਾਸਟ ਡੇਟ ਰਹੇਗੀ ਮੇਲ ਫੀਮੇਲ ਦੋਨੋਂ ਅਪਲਾਈ ਕਰ ਸਕਦੇ ਨੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਇਹ ਓਪਰਚ्युनिटी ਜਿਹੜੀ ਹੈ ਉਹ 올 ਇੰਡੀਆ ਕੈਂਡੀਡੇਟ ਦੇ ਲਈ ਹੈ ਥ੍ਰੀਗਾ ਜਿਹੜੀ ਤੁਹਾਡੀ ਆਪਣੀ ਲੋਕੇਸ਼ਨ ਹੋਵੇਗੀ ਉਹਦੇ ਵਿੱਚ ਉੱਥੇ ਤੁਸੀਂ ਜੌਬ ਕਰਨੀ ਹੈ ਜੀ ਇਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਇਹਦੇ ਵਿੱਚ ਜਿਹੜੇ ਕੈਂਡੀਡੇਟ 21 ਤੋਂ ਲੈ ਕੇ 32 ਸਾਲ ਤੱਕ ਜਿਨ੍ਹਾਂ ਦੀ ਏਜ ਹੈਗੀ ਹੈ ਉਹ ਇਹ ਸ਼ਬਦ ਤੋਂ ਡਰ ਰਵੇਗਾ ਇਸ ਦੇ ਵਿੱਚ ਇਹ ਤੁਹਾਡੀ ਜਿਹੜੀ ਫੈਲੋਸ਼ਿਪ ਹੈ ਜੋ ਕਿ SBI ਦੇ ਵੱਲੋਂ ਹੈ SBI ਯੂਥ ਫੈਲੋਸ਼ਿਪ ਜਿਹੜਾ ਇਹਦਾ ਪ੍ਰੋਪਰ ਜਿਹੜਾ ਹੈ ਜੀ ਉਹ ਹੈਗਾ ਜੀ ਨਾਮ ਪ੍ਰੋਗਰਾਮ ਹੈਗਾ ਇਸ ਦੇ ਵਿੱਚ ਜਿਹੜਾ ਇਹ ਤੁਹਾਨੂੰ ਇਹ 13 ਸਾਲ ਤੋਂ ਚੱਲ ਰਿਹਾ ਹੈ ਠੀਕ ਹੈ ਜੀ ਇਸ ਦੇ ਵਿੱਚ ਤੁਹਾਨੂੰ ਫੈਲੋਸ਼ਿਪ ਦੇ ਵਿੱਚ ਪਲੱਸ ਸਰਟੀਫਿਕੇਟ ਤੇ ਪਲੱਸ ਅਨੁਦ ਦੇ ਵਿੱਚ ਤੁਹਾਡੀ ਜਿਹੜੀ ਹੈ ਜੀ ਪੈਸੇ ਜਿਹੜੇ ਨੇ ਤੁਹਾਨੂੰ ਮਿਲਨੇ ਨੇ ਠੀਕ ਹੈ ਜੀ ਇਸ ਦੇ ਵਿੱਚ ਨੈਕਸਟ ਅਗਰ ਮੈਂ ਗੱਲ ਕਰਾਂ ਇਸ ਫੈਲੋਸ਼ਿਪ ਦੇ ਵਿੱਚ 13 ਪਲੱਸ NGO ਮਿਲ ਕੇ ਜਿਹੜੇ ਨੇ ਉਹ ਇਹਨੂੰ ਚਲਾ ਰਹੇ ਨੇ ਠੀਕ ਹੈ ਜੀ ਇੰਟਰਨਸ਼ਿਪ ਦਾ ਪਰਪਸ ਕੀ ਹੈ ਇੰਡੀਆ ਦੇ ਜਿਹੜੇ ਤੰਦਨ ਦਾ ਜਿਹੜਾ ਟੀਚਾ ਹੈਗਾ ਠੀਕ ਹੈ ਜੀ ਇਹਦੇ ਵਿੱਚ ਟੋਟਲ 10 ਸੈਕਟਰ ਨੇ ਜਿਹੜੇ ਕੀ ਤੁਹਾਨੂੰ ਦਿੱਤੇ ਗਏ ਨੇ ਜਿੱਦਾਂ ਹੈਲਥ ਫੂਡ ਸਿਕਿਉਰਟੀ ਊਮਨ ਇੰਪਾਇਰਮੈਂਟ ਅਤੇ ਬਾਕੀ ਹੋਰ ਵੀ ਕਈ ਨੇ ਠੀਕ ਹੈ ਜੀ ਇਹਦੇ ਵਿੱਚ ਬੇਸਿਕਲੀ ਤੁਹਾਨੂੰ ਇੱਕ ਵਿਲੇਜ ਅਸਾਈਨ ਕੀਤਾ ਜਾਊਗਾ ਉਸ ਵਿਲੇਜ ਵਿੱਚ ਤੁਹਾਨੂੰ ਜਿਹੜਾ ਜਾਣਾ ਹੈ ਉਸ ਵਿਲੇਜ ਦੀ ਲੋਕਲ ਲੈਂਗੁਏਜ ਤੁਹਾਨੂੰ ਆਣੀ ਚਾਹੀਦੀ ਜਿੱਦਾਂ ਆਪਣੇ ਸਾਰੇ ਪੰਜਾਬ ਦੇ ਜਿਹੜੇ ਹੈਗੇ ਲੋਕਲ ਲੈਂਗੁਏਜ ਪੰਜਾਬੀ ਹੈ ਜੀ ਠੀਕ ਹੈ ਜੀ ਸੋ ਉਸ ਵਿਲੇਜ ਵਿੱਚ ਤੁਹਾਨੂੰ ਜਾਣਾ ਹੈ ਜੀ ਉੱਥੇ ਜਾ ਕੇ ਤੁਹਾਨੂੰ ਜਿਹੜੇ ਵੀ ਜਿਹੜੀ ਵਿਲੇजेस ਤੁਹਾਡੇ ਹੋਣਗੇ ਠੀਕ ਹੈ ਜੀ ਉੱਥੇ ਤੁਹਾਨੂੰ ਭੇਜਿਆ ਜਾਵੇਗਾ ਹੋਏਗਾ ਇੱਕ ਗਾਈਡ ਜਿਹੜਾ ਤੁਹਾਨੂੰ ਦਿੱਤਾ ਜਾਵੇਗਾ ਠੀਕ ਹੈ ਕਮੋਡੀਸ਼ਨ ਜੋ ਵੀ ਨੈਸੈਸਰੀ ਚੀਜ਼ਾਂ ਹੋਣਗੀਆਂ ਤੁਹਾਨੂੰ ਉੱਥੇ ਦਿੱਤੀਆਂ ਜਾਣਗੀਆਂ ਇਸ ਦੇ ਵਿੱਚ ਪ੍ਰੋਵਾਈਡ ਕੀਤੀਆਂ ਜਾਣਗੀਆਂ ਸੋ ਪਰਟੀਕੂਲਰ ਏਰੀਆ ਜਿਹੜਾ ਤੁਹਾਨੂੰ ਦਿੱਤਾ ਹੋਏਗਾ ਉਹ ਸਰਵੇ ਕਰਨਾ ਹੋਏਗਾ ਜਾਂ ਤੁਹਾਨੂੰ ਕੰਪਲੀਟ ਟ੍ਰੇਨਿੰਗ ਜਿਹੜੀ ਆ ਉਹ ਮਨ ਲਓ ਜਿਹੜੀ ਟ੍ਰੇਨ ਤੁਹਾਨੂੰ ਕੀਤਾ ਜਾਏਗਾ ਇਹਦੇ ਵਿੱਚ ਠੀਕ ਹੈ ਜੀ ਸਭ ਸਮਝਾਇਆ ਜਾਏਗਾ ਪਹਿਲਾਂ ਕੀ ਤੁਸੀਂ ਕੰਮ ਕਰਨਾ ਹੈ ਇਹਦੇ ਵਿੱਚ ਕਿਦਾਂ ਡਿਵੈਲਪਮੈਂਟ ਤੁਸੀਂ ਕਰਨੀ ਉਸ ਏਰੀਆ ਦੀ ਠੀਕ ਹੈ ਜੀ ਔਰ ਉਹਦੇ ਵਿੱਚ ਤੁਹਾਨੂੰ ਫੰਡ ਵੀ ਦਿੱਤੇ ਜਾਣਗੇ ਜਿੱਦਾਂ ਕਿ ਹਰ ਮੰਥ ਤੁਹਾਨੂੰ ਡਿਵੈਲਪਮੈਂਟ ਦੇ ਲਈ 1000 ਰੁਪਏ ਦਿੱਤਾ ਜਾ ਅਗਲ ਬਹੁਤ ਵਧੀਆ ਸਟਾਈਫਨ ਅਮਾਉਂਟ ਵੀ ਜਿਹੜਾ ਉਹ ਮਿਲੇਗਾ ਠੀਕ ਹੈ ਜੀ ਸੋ ਇਹਦੇ ਵਿੱਚ ਤੁਹਾਨੂੰ ਅੱਗੇ ਸਮਝਾਉਂਗਾ ਉਹ ਮੈਂ ਇਹਦੇ ਵਿੱਚ 13 ਮਹੀਨਿਆਂ ਦੇ ਲਈ ਇਹ ਜਿਹੜਾ ਤੁਹਾਡਾ ਕੰਮ ਰਵੇਗਾ ਜੋ ਕਿ 1 ਅਗਸਤ ਤੋਂ ਲੈ ਕੇ 1 ਸਤੰਬਰ 2025 ਤੱਕ ਰਹੇਗਾ ਠੀਕ ਹੈ ਜੀ ਇਸ ਦੇ ਵਿੱਚ ਹਰ ਮਹੀਨ ਸਟਾਈਫਨ ਜਿਹੜਾ ਤੁਹਾਨੂੰ ਉਹ ਇਹਦੇ ਵਿੱਚ ਟੋਟਲ 17000 ਰੁਪਏ ਤੁਹਾਨੂੰ ਜਿਹੜੇ ਜੀ ਐਵਰੀ ਮਹੀਨ ਤੁਹਾਨੂੰ ਦਿੱਤਾ ਜਾਵੇਗਾ ਜਿਹਦੇ ਵਿੱਚ 15000 ਰੁਪਏ ਤੁਹਾਡਾ ਸਟਾਈਫਨ ਅਮਾਉਂਟ ਹੈ 1000 ਰੁਪਏ ਟਰੈਵਲਿੰਗ ਅਲਾਨਸ ਪਲੱਸ 1000 ਰੁਪਏ ਤੁਹਾਨੂੰ ਡਿਵੈਲਪਮੈਂਟ ਦੇ ਲਈ ਜਿਹੜ ਜੀ ਠੀਕ ਹੈ ਜੀ ਲੰਮਸਮ ਤੁਹਾਡਾ ਇੱਥੇ ਹੋਵੇਗਾ ਉਸ ਤੋਂ ਬਾਅਦ ਸਰਟੀਫਿਕੇਟ ਮਿਲੇਗਾ ਤੁਹਾਨੂੰ ਇਸ ਦੇ ਵਿੱਚ 13 ਮਿੰਟ ਦਾ ਐਕਸਪੀਰੀਅੰਸ ਦਾ ਠੀਕ ਹੈ ਜੀ ਤੇ ਜਿਹੜਾ ਫਾਰਮ ਜਿਹੜਾ ਹੈ ਉਹ ਸ਼ਾਰਟਲਿਸਟਿੰਗ ਦੇ ਬੇਸਿਸ ਤੇ ਤੁਹਾਡੇ ਇੱਥੇ ਰਹਿਣ ਵਾਲੇ ਮਤਲਬ ਤੁਹਾਨੂੰ ਸ਼ਾਰਟਲਿਸਟ ਕੀਤਾ ਜਾਵੇਗਾ ਉਸ ਤੋਂ ਬਾਅਦ ਤੁਹਾਨੂੰ ਇੱਥੇ ਇੰਟਰਵਿਊ ਲਈ ਬੁਲਾਇਆ ਜਾਵੇਗਾ ਇਸ ਦੇ ਵਿੱਚ ਥੋੜੀ ਜਿਹੀ ਛੋਟੀ ਜਿਹੀ ਅਸੈਸਮੈਂਟ ਤੁਹਾਡੀ ਜਿਹੜੀ ਉਹ ਹੋਣੀ ਹੈ ਉਹਦੇ ਲਈ ਤੁਸੀ ਤੁਹਾਨੂੰ ਦੱਸਿਆ ਜਾਵੇਗਾ ਤੁਹਾਡੀ ਅਸੈਸਮੈਂਟ ਦੇ ਲਈ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਕਿੱਦਾਂ ਅਪਲਾਈ ਕਰਨਾ ਹੈ ਇਸ ਦੇ ਵਿੱਚ ਮੈਂ ਜਿੱਦਾਂ ਤੁਹਾਨੂੰ ਦੱਸਿਆ ਜੀ ਇਸ ਦੇ ਵਿੱਚ ਕੋਈ ਐਪਲੀਕੇਸ਼ਨ ਫੀਸ ਤਾਂ ਹੈ ਨਹੀਂ ਐਸਬੀਆਈ ਯੂਥ ਫੋਰ ਇੰਡੀਆ ਫੈਲੋਸ਼ਿਪ ਦਾ ਇਹਦੇ ਵਿੱਚ ਜਿਹੜਾ ਜੀ ਉਹ ਰਹਿਣ ਵਾਲਾ ਹੈ ਠੀਕ ਹੈ ਜੀ 21 ਤੋਂ 32 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਠੀਕ ਹੈ ਇਹ ਲਿੰਕ ਤੁਹਾਨੂੰ ਇੱਥੇ ਜਿਹੜਾ ਮਿਲ ਲਿਆ ਦੇ ਨੀਚੇ ਜਾ ਕੇ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਐਸਬੀਆਈ ਯੂਥ ਫੈਲੋਸ਼ਿਪ ਦੇ ਲਈ ਆਨਲਾਈਨ ਹੀ ਅਪਲਾਈ ਕਰਨਾ ਹੈ ਤੇ ਗ੍ਰੈਜੂਏਸ਼ਨ ਡਿਗਰੀ ਵਾਲ ਡਿਟੇਲ ਭਰਨੀ ਆ ਹੋਣਗੀਆਂ ਤੁਸੀ 1 ਅਗਸਤ ਤੱਕ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਵੈਸੇ ਠੀਕ ਹੈ ਮਤਲਬ 31 ਉਹ ਹੀ ਤੁਸੀਂ ਲਾ ਲਓ ਮਤਲਬ ਜੂਨ ਜੁਲਾਈ ਅਗਸਤ ਜੂਨ ਜੁਲਾਈ ਤੱਕ ਤੇ ਤੁਸੀਂ ਜੁਲਾਈ ਤੱਕ ਅਪਲਾਈ ਕਰ ਸਕਦੇ ਹੋ ਲਾਸਟ ਡੇਟ 1 ਅਗਸਤ ਤੋਂ ਤੁਹਾਡੀ ਜਿਹੜੀ ਇਹਦੇ ਵਿੱਚ ਇੰਟਰਨਸ਼ਿਪ ਆ ਉਹ ਸ਼ੁਰੂ ਹੋ ਜਾਵੇਗੀ ਠੀਕ ਹੈ ਜੀ ਇਹਦੇ ਵਿੱਚ ਸੈਲਰੀ ਵਧੀਆ ਮਿਲ ਰਹੀ ਸਭ ਕੁਝ ਵਧੀਆ ਸੋ ਤੁਸੀਂ ਇਹਦੇ ਲਈ ਜਰੂਰ ਅਪਲਾਈ ਕਰਨਾ ਹੈ ਸੀ ਲਿੰਕ ਸਾਰੇ ਡਿਸਕ੍ਰਿਪਸ਼ਨ ਦੇ ਦਿੱਤੇ ਗਏ ਨੇ ਚੈੱਕ ਕਰਕੇ ਅਪਲਾਈ ਕਰ ਲਿਓ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੇਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜ